ਸਭ ਤੋਂ ਵੱਧ ਜ਼ਿੰਦਗੀ 'ਚ ਪਿਆਰ ਕਿਹਨੂੰ ਕੀਤਾ? ਮਾਂ ਨੂੰ। ਮੇਰੀ ਮਾਂ ਦਾ ਨਾਂ ਆ ਪੰਜਾਬੀ। ਇਸ ਵੇਲੇ ਅਸੀਂ ਮੁਕੱਦਰ ਫਿਲਮ ਦੇ ਸੈੱਟ ਤੇ ਹਾਂ। ਜਿਸ ਤਰ੍ਹਾਂ ਕਿ ਇਹ ਅਚਾਨਕ ਹੀ ਮੋੜ ਨਵਾਂ ਫਿਲਮ ਇੰਡਸਟਰੀ ਵੱਲ ਕਿਵੇਂ ਆਇਆ ਉਹ ਦਿਨ ਯਾਦ ਹੈ? ਮੈਂ ਸੁਖਵੰਤ ਟੜਾ ਇੱਕ ਚਾਦਰ ਮੈਲੀ ਸੀ ਬਣਾਈ ਸੀ ਜਿਨ੍ਹਾਂ ਨੇ, ਚੱਲ ਆਪਾਂ ਇੱਕ ਸੀਰੀਅਲ ਬਣਾਈਏ ਅੱਗ ਦੇ ਕਲੀਰੇ, ਤਾਂ ਉੱਥੇ ਇੱਕ ਆਰਟਿਸਟ ਨਹੀਂ ਆਇਆ, ਉਹਦੀ ਥਾਂ ਤੇ ਮੈਂ ਟਰਾਈ ਕੀਤਾ, ਮੈਂ ਹਿੱਟ ਹੋ ਗਿਆ, ਚੱਲ ਪਿਆ ਕੰਮ ਮੇਰਾ। ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਲੇਕਿਨ ਹੌਬੀ ਤਾਂ ਲੈਣਾ ਜੀ, ਇੱਕ ਦੋ ਪੈਗ ਪੀ ਲੈਣਾ। ਨਹੀਂ ਮੈਂ ਸੋਹਣੀ ਪੀ ਲੈਣਾ, ਹੁਣ ਮੈਂ 2 ਮਹੀਨੇ ਹੋਏ ਛੱਡਤੀ, ਚੰਗੀ ਆ ਬਾਬਾ। ਫਿਰ ਉੱਥੇ ਮੈਂ ਬੋਲਿਆ ਸੀ ਜਿਹੜਾ ਮੈਨੂੰ ਬਹੁਤ ਸਕੂਨ ਦਿੰਦਾ ਜਦੋਂ ਮੈਂ ਬੋਲਦਾ, ਧੀਆਂ ਨੇ ਤਾਂ ਤੀਆਂ ਨੇ, ਤੀਆਂ ਨੇ ਤਾਂ ਪੀਂਘਾਂ ਨੇ, ਵਾਹ, ਪੀਂਘਾਂ ਨੇ ਤਾਂ ਖੁਸ਼ੀਆਂ ਨੇ, ਖੁਸ਼ੀਆਂ ਨੇ ਤਾਂ ਮੇਲੇ ਨੇ, ਮੇਲੇ ਨੇ ਤਾਂ ਰਿਸ਼ਤੇ ਨੇ, ਰਿਸ਼ਤੇ ਹੈ ਗ੍ਰਿਸ਼ਤੀ ਹੈ, ਜੇ ਗ੍ਰਿਸ਼ਤੀ ਹੈ ਤਾਂ ਔਲਾਦਾਂ ਨੇ, ਔਲਾਦਾਂ ਨੇ ਤਾਂ ਧੀਆਂ ਨੇ, ਧੀਆਂ ਨੇ ਤਾਂ ਤੀਆਂ ਨੇ। ਕਿੰਨਾ ਕੁ ਸਮਾਂ ਤੁਸੀਂ ਇਹ ਸਿੰਗਿੰਗ ਲਾਈਨ ਦੇ ਵਿੱਚ ਪ੍ਰੋਫੈਸ਼ਨਲ, ਕਿਹੜਾ ਗਾਣਾ ਹਿੱਟ ਹੋਇਆ? ਬੋਲੀ ਤੂੰ ਖੜੀ ਨੀ ਖੜੀ ਨੀ ਮੁਟਿਆਰੇ, ਮੁੰਡਾ ਖੜ ਕੇ ਕੁੜੀ ਨੂੰ ਬਾਜਾ ਮਾਰੇ, ਕਾਤੋਂ ਭੁੱਲ ਗਈ ਏ ਵੈਰ ਨੇ ਬੁਲਾਉਣਾ ਨੀ, ਲੱਭਦੀ ਮਰ ਜਾਏਗੀ ਜੱਟ ਵਰਗਾ, ਹਏ ਉਹ ਜੱਟ ਵਰਗਾ ਯਾਰ ਨੀ ਥਿਆਉਣਾ ਤੂੰ, ਲੱਭਦੀ ਮਰ ਜਾਏਗੀ। ਪੰਜਾਬੀ ਬੌਕਸ ਯੂਟਿਊਬ ਚੈਨਲ ਦੀ ਇਹ ਖਾਸ ਪੇਸ਼ਕਸ਼ ਤੁਹਾਡੇ ਸਾਹਮਣੇ ਹੈ, ਜਿਸ ਦੇ ਵਿੱਚ ਅਸੀਂ ਬਹੁਤ ਸਾਰੀਆਂ ਦੁਨੀਆਂ ਦੀਆਂ ਜਿਹੜੀਆਂ ਮਾਇਨਾਜ਼ ਹਸਤੀਆਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਈ ਸ਼ਖਸ ਐਸੇ ਹੁੰਦੇ ਨੇ ਜੋ ਨਾਮ ਜਿਨ੍ਹਾਂ ਦਾ ਇੰਨਾ ਜ਼ਿਆਦਾ ਦੁਨੀਆਂ 'ਚ ਫੈਲ ਚੁੱਕਿਆ ਹੁੰਦਾ, ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੁੰਦੇ, ਲੇਕਿਨ ਉਹ ਇਨਸਾਨੀਅਤ ਤੌਰ 'ਤੇ ਵੀ ਇੰਨੇ ਚੰਗੇ ਹੁੰਦੇ ਨੇ, ਕਲਾ ਦੇ ਇੱਕ ਭੰਡਾਰ ਹੁੰਦੇ ਨੇ। ਅਸੀਂ ਕਾਫ਼ੀ ਲੰਬੇ ਸਮੇਂ ਤੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਲੇਕਿਨ ਅੱਜ ਮੌਕਾ ਅਚਾਨਕ ਹੀ ਮਿਲਿਆ ਇੱਕ ਸ਼ੂਟ ਦੇ ਉੱਤੇ। ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਦੁਨੀਆ ਦਾ ਬਹੁਤ ਵੱਡਾ, ਪੰਜਾਬੀ ਇੰਡਸਟਰੀ ਦਾ, ਪੰਜਾਬੀ ਫਿਲਮ ਇੰਡਸਟਰੀ ਦਾ ਬਹੁਤ ਵੱਡਾ ਨਾਮ, ਹੌਬੀ ਧਾਲੀਵਾਲ। ਅਸੀਂ ਉਹਨਾਂ ਦੇ ਰੂਬਰੂ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ। ਜਿਸ ਤਰ੍ਹਾਂ ਕਿ ਜ਼ਿੰਦਗੀ ਦੀ ਸ਼ੁਰੂਆਤ, ਕਈ ਤੁਹਾਡੀਆਂ ਇੰਟਰਵਿਊਜ਼ ਦੇਖੀਆਂ, ਬਹੁਤ ਖੁਸ਼ ਹੋਇਆ, ਲੇਕਿਨ ਇਹ ਨਹੀਂ ਪਤਾ ਚੱਲ ਸਕਿਆ ਤੁਹਾਡਾ ਬੈਕਗ੍ਰਾਉਂਡ ਕਿਹੜਾ ਪਿੰਡ ਹੈ? ਮੇਰਾ ਪਿੰਡ ਚਪੜੌਦਾ ਜੀ, ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਨਿੱਕਾ ਜਿਹਾ ਪਿੰਡ ਹੈ। ਜੀ ਜੀ। ਤੇ ਜਿਸ ਤਰ੍ਹਾਂ ਕਿ ਮੈਂ ਵੀ ਸੰਗਰੂਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ, ਤੇ ਪਤਾ ਚੱਲਿਆ ਕਿ ਜਿਹੜੇ ਲੋਕ ਨੇ ਸੰਗਰੂਰ ਡਿਸਟ੍ਰਿਕਟ ਦੇ, ਰੂਹਾਨੀ ਤੌਰ ਤੇ ਬਹੁਤ ਹੀ ਖੁਸ਼ ਦਿਲ ਹੁੰਦੇ ਨੇ। ਬਿਲਕੁਲ, ਤੁਸੀਂ ਕੀ ਕਹੋਗੇ ਇਹਦੇ ਬਾਰੇ? ਬਿਲਕੁਲ, ਮੈਂ ਸਹਿਮਤ ਹਾਂ ਤੁਹਾਡੀ ਗੱਲ। ਜੀ ਜੀ। ਜਿਸ ਤਰ੍ਹਾਂ ਕਿ ਜਿਹੜੇ ਇੱਕ ਬੜੀ ਜ਼ਿਆਦਾ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਸੀਗਾ ਕਿ ਸਾਡਾ ਜ਼ਿਲ੍ਹਾ ਸੰਗਰੂਰ, ਅੱਗੇ ਇੱਕ ਛੋਟਾ ਜਿਹਾ ਆਈਕਨ ਹੁੰਦਾ, ਆਪਾਂ ਨਹੀਂ ਬੋਲਦੇ, ਸਾਡਾ ਕੀ ਕਸੂਰ, ਤੇ ਉਹ ਸਾਡਾ ਕਸੂਰ ਇਹੀ ਹੈ ਕਿ ਅਸੀਂ ਸੰਗਰੂਰ ਦੇ ਵਿੱਚ ਪੈਦਾ ਹੋਏ ਤੇ ਦੁਨੀਆਂ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਨਾ ਖੱਟਿਆ, ਤੁਸੀਂ, ਤੁਹਾਡੇ ਕਾਰਨ ਇਹ ਸੰਗਰੂਰ ਡਿਸਟ੍ਰਿਕਟ ਦਾ ਨਾਮ ਬੜੀ ਦੂਰ ਤੱਕ ਫੈਲਿਆ। ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ ਤੇ ਇਸ ਲਾਈਨ ਦੇ ਵਿੱਚ ਪਹਿਲਾਂ ਫਿਲਮ ਲਾਈਨ 'ਚ ਆਏ ਜਾਂ ਸਿੰਗਿੰਗ ਵੀ ਸ਼ਾਇਦ ਤੁਹਾਡਾ ਪ੍ਰੋਫੈਸ਼ਨ ਸੀਗਾ? ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਹੋਈ? ਜਿੱਦਣ ਮੈਂ ਜੰਮਿਆ ਜ਼ਿੰਦਗੀ ਦੀ ਉਸੇ ਦਿਨ ਸ਼ੁਰੂਆਤ ਹੋ ਗਈ। ਜੀ ਜੀ। ਤੇ ਆ ਐਂਟਰਟੇਨਮੈਂਟ ਵਾਲੀ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਹੋਈ ਨਹੀਂ ਪਤਾ, ਬਸ ਇਹ ਸੀਗਾ ਕਿ ਬੈਠਿਆਂ ਬੈਠਿਆਂ ਇੱਕ ਦਿਨ ਮੈਂ ਗੁਣਗੁਣਾ ਲੈਂਦਾ ਸੀਗਾ, ਤੇ ਮੈਂ ਆਪਦੇ ਫਾਦਰ ਸਾਹਿਬ ਨੂੰ ਕਿਹਾ ਕਿ ਮੈਂ ਜੀ ਗਾਉਣਾ ਚਾਹੁੰਦਾ। ਜੀ। ਸਹਿਮਤੀ ਤਾਂ ਨਹੀਂ ਸੀ ਉਹਨਾਂ ਦੀ, ਪਰ ਚਲੋ ਤੁਰ ਪਏ। ਜੀ। ਗਾਇਆ, ਪਰ ਮੈਨੂੰ ਆਪ ਨੂੰ ਹੀ ਮੈਨੂੰ ਲੱਗਿਆ ਵੀ ਰੂਹਦਾਰੀ ਨਹੀਂ ਹੈ ਇਹਦੇ 'ਚ, ਇਹ ਕੰਮ ਮੇਰੇ ਲਈ ਨਹੀਂ ਹੈ। ਮੈਂ ਵਾਹਵਾ ਸਟਰਗਲ ਕਰਦਾ ਰਿਹਾ ਉਹਦੇ 'ਚ, ਪੈਸੇ ਵੀ ਕਮਾਏ, ਨਾਮ ਵੀ ਖੱਟਿਆ, ਗਾਣੇ ਵੀ ਹਿੱਟ ਹੋਏ, ਪਰ ਉਹ ਜਿਹੜੀ ਆਤਮਕ ਤੌਰ 'ਤੇ ਸ਼ਾਂਤੀ ਮਿਲਣੀ ਚਾਹੀਦੀ ਸੀ ਉਹ ਨਹੀਂ। ਕਿੰਨਾ ਕੁ ਸਮਾਂ ਤੁਸੀਂ ਇਹ ਸਿੰਗਿੰਗ ਲਾਈਨ ਦੇ ਵਿੱਚ ਪ੍ਰੋਫੈਸ਼ਨਲ, ਕਿਹੜਾ ਗਾਣਾ ਹਿੱਟ ਹੋਇਆ? ਅਰੇ, ਜੱਟ ਵਰਗਾ ਯਾਰ ਨਹੀਂ ਥਿਆਉਣਾ, ਲੱਭਦੀ ਮਰ ਜਾਏ। ਅੱਜ ਦੋ ਲਫ਼ਜ਼ ਹੋ ਜਾਣ, ਕਿਉਂ ਹੋ ਜਾਣ ਯਾਰ, ਪੈਸੇ ਲੈਂਦਾ ਮੈਂ ਹੁਣ, ਪੈਸੇ ਵੀ ਦੇ ਦਾਂਗੇ, ਅਸੀਂ ਪੈਸੇ ਵੀ ਜਿੰਨੇ ਕਹੋਗੇ। ਹੋ ਨੀ ਤੂੰ ਖੜੀ ਨੀ ਖੜੀ ਨੀ ਮੁਟਿਆਰੇ, ਮੁੰਡਾ ਖੜ ਕੇ ਕੁੜੀ ਨੂੰ ਵਾਜਾ ਮਾਰੇ, ਕਾਤੋਂ ਭੁੱਲ ਗਈ ਏ ਵੈਰ ਨੇ ਬੁਲਾਉਣਾ ਨੀ, ਲੱਭਦੀ ਮਰ ਜਾਏਗੀ ਜੱਟ ਵਰਗਾ, ਹਏ ਉਹ ਜੱਟ ਵਰਗਾ ਯਾਰ ਨੀ ਥਿਆਉਣਾ ਤੂੰ, ਲੱਭਦੀ ਮਰ ਜਾਏਗੀ। ਤੁਸੀਂ ਇਸ ਗੱਲ ਨਾਲ ਕਿੱਥੇ ਕੁ ਤੱਕ ਸਹਿਮਤ ਹੋ ਕਿ ਜਿਹੜੀ ਜੱਟ ਕੌਮ ਦੇ ਜਿਹੜੇ ਲਫ਼ਜ਼ ਨੂੰ ਇਹ ਯੂਜ਼ ਕੀਤਾ ਗਿਆ, ਜੱਟ ਲਫ਼ਜ਼ ਨੂੰ, ਉਹ ਜ਼ਿਆਦਾਤਰ ਜਿਹੜਾ ਕਿਰਪਾਨਾਂ ਬੰਦੂਕਾਂ, ਜੇ ਆਪਾਂ ਕੁੜੀ ਨਾਲ ਇੱਕ ਪਿਆਰ ਦੀ ਗੱਲ ਕਰਦੇ, ਜ਼ਿਆਦਾ ਚੰਗਾ ਨਹੀਂ ਸੀ ਜਿਸ ਤਰ੍ਹਾਂ ਤੁਸੀਂ ਇਸ ਦੇ ਵਿੱਚ? ਇੱਦਾਂ ਦਾ ਨਹੀਂ ਹੈ ਐਕਚੁਅਲੀ ਸਿੱਖਰ ਸਾਹਿਬ, ਗੱਲ ਇਹ ਹੈ ਕਿ ਮੈਂ ਜੋ ਤੁਸੀਂ ਬੀਜਦੇ ਹੋ, ਵੱਢਦੇ ਹੋ,
ਜਦੋਂ ਪੰਜਾਬ ਦੀ ਆਜ਼ਾਦੀ ਸਾਨੂੰ ਹਿੰਦੁਸਤਾਨ ਨੂੰ ਮਿਲੀ, ਪੰਜਾਬ ਨੂੰ ਮਿਲੀ ਜੀ, ਉਦੋਂ ਉਹਦੇ 'ਚ ਜੱਟਵਾਦ ਭਾਰੂ ਸੀ, ਕਿਸਾਨੀ ਭਾਰੂ ਸੀ ਜੀ, ਕਿਸਾਨ ਪਰਿਵਾਰ ਹੀ ਖੁਸ਼ਹਾਲ ਸੀ, ਉਹਨਾਂ 'ਤੇ ਗਾਣੇ ਲਿਖੇ ਗਏ, ਮੈਂ ਜੱਟਾਂ ਦਾ ਮੁੰਡਾ, ਮੈਂ ਐਂ ਕਰਦਾ, ਮੈਂ ਉਹ ਕਰਦਾ, ਉਹ ਸਾਰੇ ਕੁਛ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਇੱਕ ਜੱਟ ਲਫ਼ਜ਼ ਸੀ, ਕਿਉਂਕਿ ਖੁਸ਼ਹਾਲ ਪਰਿਵਾਰ ਸੀ ਉਹਨਾਂ ਕੋਲ, ਟੱਗੇ ਬੈਠ ਕੇ ਗਾਵਾਂ ਮੱਝਾਂ, ਘਰ ਦਾ ਦੁੱਧ ਦਹੀਂ ਮੱਖਣ ਲੱਸੀ ਹੁੰਦਾ ਸੀ, ਆਪ ਮੁਹਾਰੇ ਲੋਕ ਹੁੰਦੇ ਸੀ ਅਤੇ ਮਿਹਨਤ ਕਾਸ਼ ਵੀ ਸੀ, ਮਿਹਨਤ ਕਰਦੇ ਸੀ ਤਾਂ ਸਰੀਰਕ ਤੌਰ 'ਤੇ ਵੀ ਬਹੁਤ ਤਕੜੇ ਸੀ ਜੀ, ਸੋ ਖੁਰਾਕ ਸਹੀ ਸੀ, ਕਸਰਤ ਸਹੀ ਸੀ, ਸਰੀਰ ਸਹੀ ਸੀ, ਇਸ ਕਰਕੇ ਘਰ 'ਚ ਚਾਰ ਦਾਣੇ ਵੀ ਸੀ ਅਤੇ ਚਿਹਰੇ 'ਤੇ ਹੁਸਨ ਨਖਰਾ ਅਤੇ ਜਾਹੋ ਜਲਾਲ ਵੀ ਸੀ, ਉਹਦੇ ਕਰਕੇ ਅਸੀਂ ਜਰਾ ਕੁ ਜ਼ਿਆਦਾ ਜੱਟਵਾਦ ਵਾਲਾ ਕੰਮ ਹੋ ਗਿਆ। ਹਾਂ, ਹੁਣ ਜੱਟਾਂ ਨੇ ਹਥਿਆਰ ਲੈ ਲਏ, ਜੱਟਾਂ ਨੇ ਮਾਰਨ ਦੀਆਂ ਗੱਲਾਂ ਕਰਨ ਲੱਗ ਗਏ, ਜਿਹੜੇ ਜੱਟ ਲਫ਼ਜ਼ ਦੇ ਨਾਲ ਇਹੋ ਜਿਹਾ ਤਾਂ ਕੁਛ ਨਹੀਂ ਜੁੜਿਆ। ਦੇਖੋ, ਜੱਟ ਨਾਲ ਜੁੜਿਆ ਜਾਂ ਕੁਛ ਨਹੀਂ ਹੋਇਆ, ਪਰ ਗੱਲ ਇਹ ਆ ਨਾ ਵੀ ਦੇਖੋ, ਬੋਤਾ ਹੌਲੀ ਤੋਰ ਮਿੱਤਰਾ ਵੀ ਮੇਰਾ ਨਰਮ ਕਾਲ ਜਾਂ ਤੜਕੇ, ਜਾਂ ਵੀਰਾ ਵੇ ਤੈਨੂੰ ਦੁੱਧ ਦਾ ਛੰਨਾ, ਤੇਰੇ ਬੋਤੇ ਨੂੰ ਗੁਵਾਰੇ ਦੀਆਂ ਫਲੀਆਂ, ਠੀਕ ਹੈ, ਖਾਲੀ ਘੋੜੀ ਹਿਣਕਦੀ ਉੱਤੇ ਨੀ ਦੀਦਾ ਵੀਰ, ਜਿੰਨੇ ਵੀ ਗਾਣੇ ਨੇ ਲੋਕ ਸਮੇਂ ਦੇ ਮੁਤਾਬਕ ਢਲੇ ਨੇ ਜੀ, ਠੀਕ ਹੈ ਨਾ। ਮੇਰਾ ਫੇਵਰੇਟ ਹੈ ਨਾ, ਝਟਕੋ ਜ਼ੁਲਫ ਸੇ ਪਾਨੀ ਯੇ ਮੋਤੀ ਟੂਟ ਜਾਏਂਗੇ, ਇਹ ਗਾਣੇ ਉਸ ਜ਼ਮਾਨੇ ਦੇ ਉਸ ਆਲੇ ਦੁਆਲੇ ਨੂੰ ਦੇਖ ਕੇ ਲਿਖੂਗਾ ਨਾ ਗਾਣਾ। ਹੁਣ ਜੇ ਮੈਂ ਸਮੁੰਦਰ 'ਚ ਬੈਠਾ ਤਾਂ ਮੈਂ ਪਾਣੀ ਦੀਆਂ ਹੀ ਗੱਲਾਂ ਕਰੂੰਗਾ, ਮੈਂ ਕਿੱਥੋਂ ਉੱਚੀਆਂ, ਮਾਹੌਲ ਮਾਹੌਲ ਹੌਲੀ ਹੌਲੀ ਬਦਲਦੇ ਆ, ਐਸਾ ਹੋ ਗਿਆ ਕਿ ਮੈਂ ਜੇ ਆਪਦਾ ਘਰ ਲਾਵਾਂ, ਜਦੋਂ ਮੈਂ ਹੋਸ਼ ਸੰਭਾਲੀ ਤਾਂ ਮੇਰੇ ਘਰ ਦੇ ਵਿੱਚ ਇੱਕ ਕਾਰ ਸੀਗੀ ਜੀ, ਫੀਐਟ ਕਾਰ ਹੁੰਦੀ ਸੀਗੀ, ਤੇ ਉਹਦੇ 'ਚ ਸਾਰਾ ਹੀ ਟੱਬਰ ਤੁਰਿਆ ਫਿਰਦਾ ਰਹਿੰਦਾ ਸੀ, ਮਤਲਬ ਸਾਨੂੰ ਕਦੇ ਕਮੀ ਨਹੀਂ ਸੀ ਮਹਿਸੂਸ ਹੋਈ। ਫਿਰ ਨਾਲ ਇੱਕ ਬੁਲਟ ਮੋਟਰਸਾਈਕਲ ਸੀ, ਫਿਰ ਨਾਲ ਇੱਕ ਸਕੂਟਰ ਲੈ ਲਿਆ ਜੀ, ਤੇ ਇੱਕ ਵੈਪਨ ਸੀਗਾ ਮੇਰੇ ਫਾਦਰ ਸਾਹਿਬ ਕੋਲੇ, ਡਬਲ ਬੈਰਲ 12 ਬੋਰ ਦੇ ਨਾਲ, ਹਾਂਜੀ, ਦੇ ਨਾਲ ਹੀ 12 ਬੋਰ ਜੀ ਇੱਕ ਉਹ ਸੀਗੀ। ਤੇ ਹੁਣ 3, 4, 7, 8 ਕਾਰਾਂ ਨੇ ਸਾਡੇ ਕੋਲੇ, ਤੇ 3, 4, 2, 6, 7 ਵੈਪਨ ਮੋਟਰਸਾਈਕਲ ਨੇ, ਤੇ ਵੈਪਨ ਤਾਂ ਭਰਾਵਾ ਬਹੁਤ ਰਹੇ, 3, 6, 9, 10, 13, 14, 17, 20, 21, 21-22 ਵੈਪਨ ਘਰ 'ਚ। ਹੋਰ ਕਿਹੜੀਆਂ ਲੜਾਈਆਂ ਲੜਦੀ ਆ ਤੁਸੀਂ, ਕੀ ਗੱਲ, ਸਟੇਟਸ ਸਿੰਬਲ, ਸਾਨੂੰ ਸਰਕਾਰ ਕਹਿੰਦੀ ਆ ਤੁਸੀਂ ਹਥਿਆਰ ਆਪਦੀ ਸੇਫਟੀ ਲਈ ਤੁਸੀਂ ਲਾਇਸੈਂਸ ਲੈ ਸਕਦੇ ਹੋ ਜੀ, ਲਾਇਸੈਂਸ ਦੇ ਉੱਤੇ 3 ਵੈਪਨ ਰੱਖ ਸਕਦੇ ਹੋ, ਅਸੀਂ ਲੈ ਲਏ ਜੀ, 3-3 ਲਈ ਫਿਰਦੇ ਹਾਂ ਅਸੀਂ। ਪਰ ਮੈਂ ਇਹਦੇ ਨਾਲ ਹੀ ਜੁੜਦਾ ਕੁਐਸਚਨ ਮੈਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਜਿਸ ਤਰ੍ਹਾਂ ਇੱਕ ਇੱਥੇ ਸ਼ੂਟ 'ਤੇ ਹੋ, ਇਸ ਟਾਈਮ ਤੁਸੀਂ ਇਕੱਲੇ ਹੀ ਤੁਰੇ ਫਿਰਦੇ ਹੋ, ਸ਼ੂਟ 'ਤੇ ਵੀ ਇਕੱਲੇ ਹੀ ਗਏ, ਅਤੇ ਉਹ ਜਿਸ ਤਰ੍ਹਾਂ ਬਾਉਂਸਰਸ ਹੁੰਦੇ ਆ, ਉਹ ਬੜੀ ਵੱਡੀ ਮੇਰੇ ਮਨ 'ਚ ਨਾਲ ਦੀ ਨਾਲ ਗੱਲ ਆਈ। ਗੱਲ ਕੀ ਕਿ ਉਹ ਮੈਂ ਆਪਦੇ ਆਪ ਨੂੰ, ਦੇਖੋ ਮੈਨੂੰ ਤਾਂ ਐਂ ਲੱਗਦਾ ਹੁੰਦਾ ਵੀ ਮੈਂ ਇੱਕ ਦੂਜੇ ਨੂੰ ਵੱਡਾ ਦਿਖਾਉਣਾ ਜੀ, ਵੀ ਮੈਂ ਵੱਡਾ ਦਿਖਾਂ, ਮੇਰੇ ਨਾਲ 30 ਬੰਦੇ ਨੇ, ਮੈਨੂੰ ਅੱਜ ਤੱਕ ਜਿਹੜੇ ਬੰਦੇ ਨੇ ਉਹਨਾਂ ਨੂੰ ਦੇਖੋ, ਫੋਟੋਆਂ ਵਾਲੇ ਤੁਹਾਨੂੰ ਲੋਕ ਘੇਰਦੇ ਨੇ ਜੀ, ਕੁਛ ਇੱਕ ਤੁਹਾਡੇ ਕੱਪੜਾ ਕੁਪੜਾ ਵੀ ਖਿੱਚ ਲੈਂਦੇ ਨੇ, ਤੇ ਉਹਨਾਂ ਦਾ ਪਿਆਰ ਹੈ, ਉਹਨਾਂ ਦਾ ਹੱਕ ਹੈ, ਜਿੰਨੇ ਕੱਪੜੇ ਫਟਣਗੇ ਉਹਨੇ ਨਵੇਂ ਲਵਾਂਗੇ, ਉਹਨੇ ਨਾਲੇ ਉਹ ਤੁਹਾਨੂੰ ਪਿਆਰ ਕਰਦੇ ਨੇ ਯਾਰ, ਪਿਆਰ 'ਚ ਬੰਦਾ ਕਈ ਕੁਛ ਕਰ ਜਾਂਦਾ, ਜੱਟ ਨਹੀਂ ਕਦੇ ਬਸ ਮਾਫ ਕਰ ਜੋ, ਨਿਕਲ ਜੋ, ਹਨਾ, ਤੇ ਤੁਸੀਂ ਆਪਣਾ, ਤੁਸੀਂ ਜਿਹੜਾ ਪੈਸਾ ਪੈਸਾ ਤਾਂ ਹੋਰ ਤਰੀਕੇ ਨਾਲ ਵੀ, ਤੁਸੀਂ ਇੰਡਸਟਰੀ 'ਚ ਹੋ, ਤੁਸੀਂ ਸਿਲਵਰ ਸਕਰੀਨ 'ਤੇ ਹੋ, ਲੋਕ ਤੁਹਾਨੂੰ ਚਾਹੁਣ ਵਾਲੇ ਪਿੱਛੇ ਫਿਰਦੇ ਨੇ, ਧੱਕਾ ਕਰਦੇ ਨੇ, ਤੁਹਾਡੀਆਂ ਫੋਟੋਆਂ ਖਿਚਾਉਂਦੇ ਨੇ, ਖਿਚਾ ਲਓ ਯਾਰ, ਕਈ ਵਾਰੀ ਔਖਾ ਵੀ ਲੱਗਦਾ, ਗੁੱਸਾ ਵੀ ਆਉਂਦਾ, ਪਰ ਠੀਕ ਆ ਉਹ। ਸੋ ਮੈਨੂੰ ਤਾਂ ਨਹੀਂ ਬਾਈ ਜੀ, ਬਹੁਤ ਧੱਕਾ ਹੀ ਖੁਸ਼ੀ ਹੈ ਇੱਥੇ, ਧੱਕਾ ਹੀ ਖੁਸ਼ੀ ਹੈ ਇਹਦੇ ਵਿੱਚ, ਜਿੰਨਾ ਧੱਕਾ ਵੱਧ ਹੋਰ ਨਹੀਂ ਖੁਸ਼ੀ ਮਹਿਸੂਸ ਹੋਊਗੀ। ਜਿਸ ਤਰ੍ਹਾਂ ਕਿ ਇਹ ਅਚਾਨਕ ਹੀ ਮੋੜ ਨਵਾਂ ਫਿਲਮ ਇੰਡਸਟਰੀ ਵੱਲ ਕਿਵੇਂ ਆਇਆ, ਉਹ ਦਿਨ ਯਾਦ ਹੈ ਅੱਜ, ਕਹੋ ਅੱਛੀ ਜਿਹੜੀ ਯਾਦ ਹੈ ਸਾਂਝੀ ਕਰੋ ਕਿ ਕਿਵੇਂ ਤੁਹਾਡੇ ਨਾਲ ਗੱਲਬਾਤ। ਮੈਂ ਸੁਖਵੰਤ ਟੜਾ, ਸਾਡੇ ਬੁਆਏ ਦਾ ਬੇਟਾ ਔਰ ਸਾਡੇ ਕਜ਼ਨ 'ਚ ਸਭ ਤੋਂ ਵੱਡਾ ਜੀ, ਇੱਕ ਚਾਦਰ ਮੈਲੀ ਸੀ ਬਣਾਈ ਸੀ ਜਿਹਨਾਂ ਨੇ, ਅੱਛਾ ਜੀ, ਟੱਡੇ ਪਿੰਡਾਂ ਜਲੰਧਰ ਦੀਆਂ ਜੜਾਂ 'ਚ ਹੀ, ਹੁਣ ਤਾਂ ਵਿੱਚ ਹੀ ਰਲ ਗਿਆ, ਮੈਂ ਉੱਥੇ ਬਚਪਨ 'ਚ ਬਹੁਤ ਖੇਡਿਆ ਜੀ, ਸੋ ਉਹਨੂੰ ਅਸੀਂ ਪਿਆਰ ਨਾਲ ਟੀਟੋ ਵੀਰ ਜੀ ਕਹਿੰਦੇ ਹਾਂ। ਟੀਟੋ ਵੀਰ ਜੀ ਮੈਨੂੰ ਕਹਿੰਦੇ ਯਾਰ ਚੱਲ ਆਪਾਂ ਇੱਕ ਸੀਰੀਅਲ ਬਣਾਈਏ ਅੱਗ ਦੇ ਕਲੀਰੇ ਜੀ, ਅਤੇ ਮੈਂ ਹੀ ਚਲੋ ਅੱਗ ਦੇ ਕਲੀਰੇ ਬਣਾਉਣ ਲੱਗ ਪਏ, ਤਾਂ ਉੱਥੇ ਇੱਕ ਆਰਟਿਸਟ ਨਹੀਂ ਆਇਆ, ਉਹਦੀ ਥਾਂ 'ਤੇ ਮੈਂ ਟਰਾਈ ਕੀਤਾ, ਮੈਂ ਹਿੱਟ ਹੋ ਗਿਆ, ਚੱਲ ਪਿਆ ਕੰਮ ਮੇਰਾ। ਅੱਛਾ, ਇੱਕ ਨਾਟਕ ਤੋਂ ਹੀ? ਉਹ ਨਾਟਕ ਤੋਂ, ਅਤੇ ਉਹ ਨਾਟਕ ਕਿੱਥੇ ਪੇਸ਼ ਹੋਇਆ ਸੀ? ਉਹ ਨਾਟਕ ਸਕਾਈ ਟੀਵੀ 'ਤੇ, ਜਸਟ ਟੀਵੀ 'ਤੇ, ਅਮੈਰੀਕਾ ਦੇ, ਅਮੈਰੀਕਾ
ਤੇ ਜਸ ਪੰਜਾਬੀ ਸਕਾਈ ਟੀਵੀ ਦਾ ਜਸ ਪੰਜਾਬੀ ਦੇ ਉੱਤੇ ਹੋਇਆ ਸੀਗਾ। ਤੇ ਉਹ ਇੰਗਲੈਂਡ ਤੋਂ ਵੀ ਫੋਨ ਆਉਂਦੇ ਰਹੇ ਬੜੇ ਮੁਲਕਾਂ 'ਚ। ਮੈਂ ਹੁਣ ਪਿੱਛੇ ਜਦੋਂ 2-1.5 ਸਾਲ ਪਹਿਲਾਂ ਕੈਨੇਡਾ ਗਿਆ, ਜਿਹੜੇ ਵੀ ਆਫਿਸ 'ਚ ਜਾਵਾਂ ਮੈਂ ਸਪੈਸ਼ਲੀ ਲੱਕੀਲੀ ਆਪਦੇ ਟੀਵੀ ਦੇ ਜਾਂ ਰੇਡੀਓ ਦੇ ਉੱਥੇ ਚੱਲ ਰਿਹਾ ਸੀਗਾ। ਅੱਛਾ ਜੀ, ਉਹਨਾਂ ਨੇ ਤੁਹਾਡੀ ਮਤਲਬ ਪ੍ਰੈਜ਼ੈਂਸ ਦਿਖਾਉਣ ਲਈ ਵੈਲਕਮ ਕੀਤਾ, ਵੀ ਕੈਨ ਸੇ ਦੈਟ, ਯਾ ਉਹ ਆਲਰੇਡੀ ਚੱਲ ਰਿਹਾ ਸੀ, ਵੈਲਕਮ ਕਰਨਾ ਸੀ ਤੁਹਾਨੂੰ ਉਹਨਾਂ ਨੇ। ਤੇ ਉਹ ਮੈਂ ਦੇਖਿਆ, ਬੜਾ ਲਾਈਕ ਕੀਤਾ ਉਹਨਾਂ ਨੇ, ਬਹੁਤ ਉਹ ਚੱਲ ਪਿਆ ਕੰਮ। ਮੁੜ ਕੇ ਬੁਰਰਾ ਫਿਲਮ ਮਿਲ ਗਈ, ਉਹ ਐਸੀ ਮਿਲੀ ਕਿ ਮੈਂ ਕਿਹਾ ਚਲੋ। ਹੁਣ ਤੱਕ ਕਿੰਨੀਆਂ ਫਿਲਮਾਂ ਕਰ ਚੁੱਕੇ ਹੋ? ਭਾਜੀ ਗਿਣਿਆ ਨਹੀਂ, ਅਪਰੋਕਸੀਮੇਟ ਕਹਿੰਦੇ ਨਜ਼ਰ ਲੱਗ ਜੂਗੀ। ਨਹੀਂ ਕਾਹਦੇ ਵਾਸਤੇ ਗਿਣਨਾ? ਅੱਛਾ, ਮੈਂ ਆਪਦਾ 100% ਦਿੰਦਾ ਜਿਸ ਫਿਲਮ 'ਚ, ਜਿਸ ਫਿਲਮ ਜਿਹੜੀ ਫਿਲਮ ਨਹੀਂ ਚੱਲਦੀ ਉਹ ਮੈਨੂੰ ਦੁੱਖ ਹੁੰਦਾ, ਜਿਹੜੀ ਚੱਲ ਜਾਂਦੀ ਆ ਖੁਸ਼ੀ ਖੁਸ਼ੀ ਹੁੰਦੀ ਮਨਾ ਲਈਦੀ ਆ। ਤੇ ਹਾਂ, ਖੁਸ਼ੀ ਕਿਵੇਂ ਮਨਾਉਂਦੇ ਹੋ? ਖੁਸ਼ੀ ਬਾਈ ਜੀ ਆ ਜਾਓ, ਸੱਚ ਦੱਸ ਦਿਓ ਅੱਜ ਇਹ ਖੁਸ਼ੀ ਤਾਂ ਕਿਵੇਂ ਮਨਾਉਂਦੇ? ਟੀਮ ਇਕੱਠੀ ਹੋ ਜਾਂਦੀ ਆ, ਪੈਕਚਕ ਲਾ ਲਈਦਾ। ਮੈਂ ਇਹੀ ਕਹਿਣ ਲੱਗਿਆ ਸੀ ਸਾਰੇ ਦਰਸ਼ਕਾਂ ਨੂੰ, ਬਹੁਤ ਹੀ ਚੰਗੀ ਚੀਜ਼ ਨਹੀਂ ਮੇਰੀ ਰਿਲੀਜ਼ ਕਰਨ ਦੀ ਕੋਸ਼ਿਸ਼। ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਲੇਕਿਨ ਹੌਬੀ ਦਾ ਲੈਣਾ ਇੱਕ ਦੋ ਪੈਗ ਪੀ ਲੈਂਦਾ। ਨਹੀਂ ਮੈਂ ਸੋਹਣੀ ਪੀ ਲੈਂਦਾ, ਹੁਣ ਮੈਂ 2 ਮਹੀਨੇ ਹੋਏ ਛੱਡਤੀ, ਚੰਗੀ ਆ ਬਾਬਾ ਛੱਡੀ ਰਹੇ, ਇਹ ਕੋਈ ਬਹੁਤ ਹੀ ਚੀਜ਼ ਵਧੀਆ ਨਹੀਂ ਗੀ ਜੀ। ਤੋ ਯਾਰਾਂ ਬੇਲੀਆਂ ਨਾਲ ਬੈਠ ਚਾਹੀਦਾ, ਉਹਨਾਂ ਨੂੰ ਗੱਲਾਂ ਕਰ ਲਈਆਂ ਨੇ। ਪੰਜਾਬੀ ਫਿਲਮ ਇੰਡਸਟਰੀ 'ਚ ਵੈਸੇ ਜਨਰਲੀ ਮੈਂ ਦੱਸਦਿਆਂ ਕਿ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਸ਼ਰਾਬ। ਤੁਸੀਂ ਪੈਗ ਲਾ ਕੇ ਬਹੁਤ ਸੋਹਣੀ ਸ਼ੇਰੋ ਸ਼ਾਇਰੀ ਕਰਦੇ ਹੋ, ਮੈਨੂੰ ਲੱਗਦਾ। ਨਹੀਂ ਮੈਂ ਸ਼ੇਰੋ ਸ਼ਾਇਰੀ ਕੋਈ ਕੁਛ ਸ਼ੇਰ ਜਿਹੜੇ ਤੁਸੀਂ ਤੁਹਾਡੇ ਦਿਮਾਗ 'ਚ ਹੈਗੇ ਨੇ ਉਹ ਕਰੀਬ ਨੇ ਤੁਹਾਡੇ? ਅਰੇ ਬਹੁਤ ਕੁਛ ਕਰੀਬ ਹੈ ਸੇਖੋ ਸਾਹਿਬ। ਐਸਾ ਦੇਖੋ, ਮੈਂ ਅੱਜ ਸ਼ੇਰ ਸੁਣਾ ਦੋ ਇੱਕ ਮੇਰੀ ਤਾਂ ਪੈਸੇ ਹੋਰ ਵੱਜ ਜਾਣਗੇ ਸਾਡੇ ਕੋਲ। ਸ਼ੇਰ ਸੁਣਾ ਦੋ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ। ਤੁਸੀਂ ਵੀ ਮੇਰੀ ਰੂਹ ਪੜ੍ਹ ਕੇ ਪ੍ਰਭਾਵਿਤ ਹੋਏ ਸੀ ਤੇ ਮੈਂ ਆਪਾਂ ਮਿਲੇ ਸੀਗੇ ਉਸ ਟਾਈਮ। ਹਾਂ, ਤੇ ਇੱਕ ਅੱਧਾ ਸ਼ੇਰ ਮੇਰਾ ਸੁਣ ਲਿਓ। ਮੈਂ ਤਾਂ ਦੇਖੋ ਏਦਾਂ ਦਾ ਕੁਛ, ਕਿਉਂਕਿ ਅੱਜ ਪਰਿਵਾਰਕ ਗੱਲ ਨਹੀਂ ਹੈ, ਇੱਕੋ ਆਪਾਂ ਡਿਸਟ੍ਰਿਕਟ ਦੇ ਹਾਂ, ਅੱਜ ਕੋਈ ਇਸ ਤਰ੍ਹਾਂ ਦੀ ਸਪੈਸ਼ਲ ਇੰਟਰਵਿਊ ਨਹੀਂ ਹੈ। ਹਾਂ ਨਹੀਂ, ਮੈਨੂੰ ਪਰਿਵਾਰਕ ਗੱਲ ਹੈ, ਮਜ਼ਾ ਆ ਰਿਹਾ। ਚੰਗੀ ਗੱਲ ਹੈ, ਚੰਗਾ ਲੱਗਦਾ ਏਦਾਂ ਗੱਲਾਂ ਕਰਨੀਆਂ ਜੀ। ਸੋ ਮੈਨੂੰ ਏਦਾਂ ਦਾ ਕੋਈ ਖਾਸ ਨਹੀਂ ਲੱਗਦਾ ਜਿਹੜਾ ਮੈਂ ਤੁਹਾਨੂੰ ਬੋਲ ਕੇ ਸੁਣਾਵਾਂ। ਜਿਹੜਾ ਮੇਰੀ ਮੇਰੇ ਇੱਕ ਦਿਨ ਬੈਠਾ ਸੀਗਾ ਮੈਂ ਐਡਮੰਟਨ, ਤਾਂ ਮੈਨੂੰ ਵੈਸੇ ਮੈਂ ਲਿਖਿਆ, ਮੈਨੂੰ ਮੇਲੇ ਤੇ ਬੋਲਣ ਦਾ ਮੌਕਾ ਦੇ ਤਾ ਕਿ ਬਾਈ ਜੀ ਹੌਬੀ ਧਾਲੀਵਾਲ ਬੋਲੂਗਾ। ਹੌਬੀ ਧਾਲੀਵਾਲ ਦੇ ਪੱਲੇ ਕੱਖ ਨਹੀਂ ਬੋਲਣ ਨੂੰ, ਮੈਂ ਹੈ ਯਾਰ ਕੀ ਕਰੀਏ। ਫਿਰ ਉੱਥੇ ਮੈਂ ਬੋਲਿਆ ਸੀ ਜਿਹੜਾ ਮੈਨੂੰ ਬਹੁਤ ਸਕੂਨ ਦਿੰਦਾ ਜਦੋਂ ਮੈਂ ਬੋਲਦਾ, ਉਹ ਸੀਗਾ ਧੀਆਂ ਨੇ ਤਾਂ ਤੀਆਂ ਨੇ, ਤੀਆਂ ਨੇ ਤਾਂ ਪੀਂਘਾਂ ਨੇ, ਵਾਹ ਪੀਂਘਾਂ ਨੇ ਤਾਂ ਖੁਸ਼ੀਆਂ ਨੇ, ਖੁਸ਼ੀਆਂ ਨੇ ਤਾਂ ਮੇਲੇ ਨੇ, ਮੇਲੇ ਨੇ ਤਾਂ ਰਿਸ਼ਤੇ ਨੇ, ਰਿਸ਼ਤੇ ਹੈ ਗ੍ਰਿਸ਼ਤੀ ਹੈ, ਜੇ ਗ੍ਰਿਸ਼ਤੀ ਹੈ ਤਾਂ ਔਲਾਦਾਂ ਨੇ, ਔਲਾਦਾਂ ਨੇ ਤਾਂ ਧੀਆਂ ਨੇ, ਧੀਆਂ ਨੇ ਤਾਂ ਤੀਆਂ ਨੇ। ਵਾਹ, ਮੈਨੂੰ ਬਹੁਤ ਮੇਰੇ ਨੇੜੇ ਦੀ ਗੱਲ, ਇਹ ਬਹੁਤ ਅੱਛੀ ਗੱਲ ਹੈ ਕਿ ਆਪਾਂ ਜਿਹੜੀਆਂ ਧੀਆਂ ਨੂੰ ਇੰਨਾ ਪਿਆਰ ਕਰਦੇ ਹਾਂ, ਸਾਡੀਆਂ ਧੀਆਂ ਪੂਰੀ ਦੁਨੀਆਂ ਦੇ ਵਿੱਚ ਨਾਮ ਕਮਾ ਰਹੀਆਂ ਨੇ, ਬਹੁਤ ਹੀ ਅੱਛੀ ਗੱਲ ਹੈ। ਤੇ ਆਪਾਂ ਇੱਕ ਮੇਰੇ ਵੱਲੋਂ ਵੀ ਜਿਸ ਤਰ੍ਹਾਂ ਕਿ ਅੱਜ ਤੁਹਾਡੇ ਫਿਲਮ ਦਾ ਸੀਨ ਸੀਗਾ ਚੱਲ ਰਿਹਾ, ਅਚਾਨਕ ਹੀ ਮੇਰੇ ਮਨ ਦੇ ਵਿੱਚ ਆਇਆ ਕਿ ਰੂਹ ਦੀ ਇੱਕ ਗੱਲ ਤੁਹਾਨੂੰ ਸੁਣਾਈ ਜਾਵੇ, ਕਿਉਂਕਿ ਤੁਸੀਂ ਉਸ ਸੀਨ ਦੇ ਵਿੱਚ ਜਿਹੜੀ ਇੱਕ ਚਿਤਾ ਸੀ ਉਹਨੂੰ ਅੱਗ ਦੇ ਰਹੇ ਸੀਗੇ। ਲਓ ਜੀ, ਹੁਣ ਅਸੀਂ ਗੱਲ ਇਹ ਹੈ, ਦੇਖੋ ਚੁੱਪ ਕਰ ਜਾਓ, ਹੁਣ ਮੈਂ ਇੰਟਰਵਿਊ ਲੈਣ ਵਾਲਾ ਐਂਕਰ ਬਣ ਗਿਆ ਤੇ ਗੈਸਟ ਬਣ ਗਿਆ। ਸਿੱਖੋ ਸਾਹਿਬ, ਮੈਂ ਗੁਜ਼ਾਰਿਸ਼ ਕਰਾਂਗਾ ਕਿ ਮੇਰੇ ਦਰਸ਼ਕਾਂ ਨੂੰ, ਚਾਹਣ ਵਾਲਿਆਂ ਨੂੰ ਤੁਸੀਂ ਇੱਕ ਸ਼ੇਅਰ ਸੁਣਾਓ, ਕਿਉਂਕਿ ਉਹ ਮੇਰਾ ਨਹੀਂ ਮਨ ਕੀਤਾ ਕਿ ਮੈਂ ਰੂਹ ਦੀ ਤੁਹਾਨੂੰ ਗੱਲ ਸੁਣਾਵਾਂ ਕਿ ਜਿਹੜੀ ਤੁਹਾਨੂੰ ਥੋੜੇ ਦਿਲ ਦੇ ਕਰੀਬ ਹੈ, ਤੁਸੀਂ ਸੁਣੀ ਵੀ ਪਹਿਲਾਂ। ਕਹਿੰਦਾ, ਵੇਖ ਰਹੀ ਸੀ ਆਤਮਾ ਮੇਰੀ ਕਿਹੜੇ ਯਾਰ ਬੇਲੀ ਆਏ, ਕਿਹੜੇ ਮੈਥੋਂ ਦੂਰ ਹੋ ਗਏ, ਜਿਹੜੇ ਹਰ ਪਲ ਨਾਲ ਸੀ ਰਹਿੰਦੇ ਅੱਜ ਕਿਉਂ ਨਾ ਆਏ, ਕਿਉਂ ਮਜਬੂਰ ਹੋ ਗਏ। ਜਦੋਂ ਲੱਕੜਾਂ ਟਿਕਾਉਂਦੇ ਸੀ ਮੇਰੇ ਸੀਨੇ ਤੇ, ਮੈਂ ਧਾਹਾਂ ਮਾਰ ਮਾਰ ਕੇ ਰੋ ਰਿਹਾ ਸੀ, ਰੂਬੀ ਮੇਰੀ ਤੜਫੀ ਸੀ ਜਦੋਂ ਹੌਬੀ ਧਾਲੀਵਾਲ ਨੇ ਫੁੱਕੋ ਇਹਨੂੰ ਛੇਤੀ ਕਿਹਾ ਸੀ। ਅੱਗ ਦੇ ਭਾਂਬੜ ਨੇ ਮੇਰੀ ਰੂਹ ਅੰਦਰ ਵੀ ਇੱਕ ਭਾਂਬੜ ਜਿਹਾ ਮਚਾ ਛੱਡਿਆ, ਨਾ ਰੋਵੋ ਇਹ ਲੋਕੋ, ਮੈਂ ਵੀ ਇਹ ਤੁਹਾਨੂੰ ਆਪਣੇ ਦਿਲੋਂ ਕੱਢਿਆ। ਕਹਿੰਦਾ, ਮੇਰੀ ਲਾਸ਼ ਦੇ ਚਾਰੇ ਪਾਸੇ ਲੋਹੇ ਦੇ ਸੱਬਲ ਗੜ ਦਿੱਤੇ, ਕਿਤੇ ਭੱਜ ਹੀ ਨਾ ਜਾਵਾਂ, ਜਦੋਂ ਚਾਨਣ ਸੀ ਜ਼ਿੰਦਗੀ 'ਚ ਉਦੋਂ ਭੱਜ ਨਹੀਂ ਸਕਿਆ, ਹੁਣ ਕੀ ਭੱਜੂਗਾ ਜਦੋਂ ਬਣ ਗਿਆ ਕਾਲਾ ਪਰਛਾਵਾਂ। ਕਹਿੰਦਾ, ਮੇਰੀ ਲਾਸ਼ 'ਤੇ ਕਿੰਨੀਆਂ ਹੀ ਛਾਲਾਂ ਅਤੇ ਚਦਰਾਂ ਉਹ ਪਾ ਰਹੇ ਸੀ, ਮਰ ਜਾਣ ਦੀ ਸੀ ਗਰਮੀ ਬਹੁਤ, ਪਰ ਉਹ ਤਾਂ ਇਹ ਕੱਪੜੇ ਪਾ ਕੇ ਮੇਰੀ ਰੂਹ ਨੂੰ ਹੋਰ ਤੜਫਾ ਰਹੇ ਸੀ। ਹੁਣ ਮੇਰੀ ਰੂਹ ਹੋਰ ਕੋਈ ਕੁੱਖ ਲੱਭੂਗੀ, ਹੁਣ ਮੇਰੀ ਰੂਹ ਫੇਰ ਕਿਸੇ ਨੂੰ ਠੱਗੂਗੀ, ਇਹ ਜਨਮਾਂ ਜਨਮਾਂ ਦਾ ਹੀ ਚੱਕਰ ਹੈ, ਇਹ ਕਰਮਾਂ ਕਰਮਾਂ ਦਾ ਹੀ ਚੱਕਰ ਹੈ। ਸ਼ੁਕਰ ਹੈ ਫੇਰ ਮਾਂ ਦੀ ਕੁੱਖ ਮਿਲ ਗਈ, ਸ਼ੁਕਰ ਹੈ ਹੌਬੀ ਧਾਲੀਵਾਲ ਨੂੰ ਫੇਰ ਮਾਂ ਦੀ ਕੁੱਖ ਮਿਲ ਗਈ। ਦਰਸ਼ਕੋ, ਇਹ ਸੀ ਸਿੱਖੋ ਸਾਹਿਬ ਸਾਡੇ ਵੀਰ,
ਮੈਂ ਤਾਂ ਛੋਟਾ ਔਰ ਸੰਗਰੂਰ ਜ਼ਿਲ੍ਹੇ ਦੇ ਜੰਮਪਲ ਸੇਖੋ ਸਾਹਿਬ ਆਪਾਂ ਤੁਹਾਡੀ ਗੱਲਬਾਤ ਅੱਗੇ ਵਧਾਉਂਦੇ ਹੋਇਆ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਆਪਾਂ ਅੱਜ ਇੱਕ ਬੜੇ ਮਜ਼ੇਦਾਰ ਆਪਣਾ ਲੋਕਾਂ ਨੂੰ ਪਸੰਦ ਆਉਣੀ ਗੱਲ ਹੈ ਇੱਕ ਸਵਾਲ ਤੁਸੀਂ ਪੁੱਛ ਸਕਦੇ ਹੋ ਤੇ ਜਿਸ ਤਰ੍ਹਾਂ ਕਿ ਤੁਹਾਡੀ ਗੱਲ ਹੋ ਰਹੀ ਸੀ ਲਾਈਫ ਦੀ ਇੱਕ ਬੜਾ ਵੱਡਾ ਸਵਾਲ ਜਿਹੜਾ ਅੱਜ ਕੱਲ੍ਹ ਨਾ ਮੀਡੀਆ ਬਹੁਤ ਉਠਾ ਰਿਹਾ ਹੈ ਬੜੇ ਲੋਕ ਉਠਾਉਂਦੇ ਹੈ ਕਿ ਜਿਹੜੀ ਇਹ ਫਿਲਮ ਇੰਡਸਟਰੀ ਹੈ ਬਾਲੀਵੁੱਡ ਕਈ ਮੀਡੀਆ ਵਾਲਿਆਂ ਨੇ ਕਿਹਾ ਕਿ ਇਹਦੇ ਵਿੱਚ ਲੜਕੀਆਂ ਦਾ ਸ਼ੋਸ਼ਣ ਬਹੁਤ ਹੁੰਦਾ ਤੁਸੀਂ ਸਹਿਮਤ ਹੋ ਜਾਂ ਨਹੀਂ ਇਹ ਝੂਠ ਹੈ ਸਾਰਾ ਤੁਸੀਂ ਦੱਸੋ ਦਰਸ਼ਕਾਂ ਨੂੰ ਇਹਦੇ ਬਾਰੇ ਨਹੀਂ ਹੁੰਦਾ ਬਸ ਬਸ ਸਿੰਪਲ ਹਾਂ ਇਹ ਸਾਡੇ ਦਰਸ਼ਕਾਂ ਨੂੰ ਅੱਜ ਸਾਡੀ ਇਹ ਜ਼ਰੂਰ ਹੈ ਇਹ ਕਿ ਆਪਾਂ ਉਹਨਾਂ ਗੱਲਾਂ ਨੂੰ ਨਾ ਫੈਲਾਈਏ ਜਿਹਦੇ ਨਾਲ ਸਾਡੇ ਪੰਜਾਬੀ ਕਲਚਰ ਨੂੰ ਢਾ ਲੱਗੇ ਕਿ ਬਹੁਤ ਇੱਥੇ ਪੋਲਿਟਿਕਸ ਹੈ ਨਹੀਂ ਹੈ ਇੱਥੇ ਗਰੁੱਪਿਜ਼ਮ ਹੈ ਨਹੀਂ ਹੈ ਇੱਥੇ ਕੋਈ ਕਤਲ ਹੋਇਆ ਨਹੀਂ ਹੈ ਇੱਥੇ ਕੋਈ ਬਲਾਤਕਾਰ ਹੋਇਆ ਨਹੀਂ ਹੈ ਕੋਈ ਕ੍ਰਾਈਮ ਨਹੀਂ ਹੈ ਕੋਈ ਕ੍ਰਾਈਮ ਯਾਰ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਇਹ ਮਾਹੌਲ ਦੱਸੋ ਫਿਰ ਭਾਜੀ ਗੱਲ ਇਹ ਹੈ ਇਸ ਵੇਲੇ ਅਸੀਂ ਮੁਕੱਦਰ ਫਿਲਮ ਦੇ ਸੈੱਟ ਤੇ ਹਾਂ ਚਾਰ ਵੈਨਿਟੀਜ਼ ਨੇ 140 ਬੰਦੇ ਨੇ ਇੱਥੇ ਫਿਰਦੇ ਜੀ ਠੀਕ ਹੈ ਉਹਦੇ ਚ ਬਹੁਤ ਸਾਰੀਆਂ ਬਹੁਤ ਪਿਆਰ ਵਾਲਾ ਮਾਹੌਲ ਹੈ ਪਿਆਰਾ ਮਾਹੌਲ ਹੈ ਤੇ ਉਹਨੂੰ ਮਜ਼ਾਕ ਕਰ ਲਿਆ ਉਹਦੇ ਕੋਲ ਬੈਠ ਲਿਆ ਉਹਦੇ ਕੋਲ ਖਾ ਲਿਆ ਉਹਨੂੰ ਝਿੜਕਤਾ ਉਹਨੂੰ ਕਹਿ ਲਿਆ ਉਹਨੂੰ ਸੁਣ ਲਿਆ ਬਸ ਠੀਕ ਹੈ ਉਮਰ ਮੁਤਾਬਕ ਆਪਣੀਆਂ ਖੇਡਾਂ ਖੇਡੀ ਜਾਓ ਹੱਸੀ ਖੇਡੀ ਜਾਓ ਵੰਡ ਤਾਂ ਖੁਸ਼ੀਆਂ ਹੀ ਰਹੇ ਹੋ ਨਾ ਇੱਕ ਮੈਂ ਤੁਹਾਡੇ ਨਾਲ ਮਿਲਣ ਤੋਂ ਬਾਅਦ ਮੈਨੂੰ ਲੱਗਿਆ ਕਿ ਤੁਹਾਡੀ ਰੂਹ ਰੱਬ ਦਾ ਜਿਹੜਾ ਦੀਦ ਕਰਨ ਲਈ ਬੜਾ ਤਰਸਦੀ ਹੈ ਯੈਸ ਮੈਂ ਹੁਣ ਇਹ ਤੁਸੀਂ ਕੀ ਸੋਚਦੇ ਹੋ ਮੇਰੇ ਕੋਸਚਰ ਬਾਰੇ ਨੇੜੇ ਹੁਣ ਲੱਗਦਾ ਕਿ ਦੇਖੋ ਮੈਂ ਇੱਕ ਮਾਫ਼ ਕਰਿਓ ਮੈਂ ਸਿੱਖ ਧਰਮ 'ਚੋਂ ਹਾਂ ਅਤੇ ਪਰ ਮੈਂ ਰੂਪਕ ਤੌਰ 'ਤੇ ਜਾਂ ਮੇਰੀ ਰੂਹੋਂ ਮੈਂ ਸਿੱਖ ਧਰਮ ਨੂੰ ਮੰਨਦਾ ਮੈਂ ਮੇਰਾ ਕਦੇ ਕੋਈ ਕੇਸ ਨਹੀਂ ਚੱਲਿਆ ਮੇਰੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਤੇ ਮੇਰੀ ਨੂੰ ਕੋਈ ਗਰਜ ਨਹੀਂ ਹੈ ਕਿਸੇ ਨਾਲ ਹਾਂ ਮੈਂ ਇਨਸਾਨ ਹਾਂ ਔਰ ਬਾਬਾ ਨਾਨਕ ਬਹੁਤ ਸਾਲ ਪਹਿਲਾਂ ਕਹਿ ਗਏ ਨੇ ਕਿ ਘੋਰ ਕਾਲਯੁੱਗ ਹੈ ਤੇ ਉਦੋਂ ਬਾਅਦ ਵਧੇ ਹੀ ਹੈ ਛੱਡਿਆ ਨਹੀਂ ਤੇ ਅਸੀਂ ਉਸ ਘੋਰ ਕਾਲਯੁੱਗ ਦਾ ਹਿੱਸਾ ਤੇ ਮੈਂ ਛੋਟਾ ਜਿਹਾ ਸ਼ੇਰ ਨਾਲ ਦੀ ਨਾਲ ਯਾਦ ਆ ਗਿਆ ਹੁਣੇ ਲਿਖਿਆ ਸੀਗਾ ਤੁਹਾਡੇ ਲਈ ਸਮਝ ਲਓ ਲਿਖਿਆ ਐਂ ਫੀਲ ਹੁੰਦਾ ਮੈਨੂੰ ਤਾਂ ਤੁਹਾਡੇ ਨਾਲ ਬਹਿ ਕੇ ਕਿਉਂਕਿ ਰੂਹਾਨੀ ਗੱਲਾਂ ਹੁੰਦੀਆਂ ਦੋਨੋਂ ਰੂਹਾਂ ਹੀ ਐਸੀਆਂ ਕਹਿੰਦਾ ਮੈਨੇ ਪੂਛਾ ਆਪਣੀ ਰੂਹ ਸੇ ਆਜ ਕੱਲ ਤੂੰ ਮੁਝਸੇ ਖਫਾ ਕਿਉਂ ਰਹਿਤੀ ਹੈ ਤੋ ਮੇਰੀ ਰੂਹ ਬੋਲੀ ਪਹਿਲੇ ਯੇ ਬਤਾ ਯੇ ਯੁੱਗ ਕੌਨ ਸਾ ਚੱਲ ਰਿਹਾ ਤੋ ਮੈਂ ਬੋਲਾ ਕਲਯੁੱਗ ਤੋ ਮੇਰੀ ਰੂਹ ਬੋਲੀ ਕਲਯੁੱਗ ਮੈਂ ਤੂੰ ਖੁਦ ਖੁਦ ਸੇ ਖਫਾ ਰਹਿਤਾ ਹੈ ਤੋ ਮੈਂ ਤੁਸੇ ਖਫਾ ਕਿਉਂ ਨਾ ਰਹੂੰ ਕਿਉਂ ਨਾ ਕਲਯੁੱਗ ਇੰਨਾ ਆ ਗਿਆ ਇਸ ਕਰਕੇ ਛੋਟੇ ਛੋਟੇ ਜਿਹੇ ਕੁਐਸਚਨ ਛੋਟੇ ਛੋਟੇ ਜਿਹੇ ਬੜੇ ਮਜ਼ੇਦਾਰ ਕੁਐਸਚਨ ਬਾਲੀਵੁੱਡ ਦੀਆਂ ਜਿਹੜੀਆਂ ਤੁਸੀਂ ਫਿਲਮਾਂ ਕੀਤੀਆਂ ਉਹਨਾਂ ਦੇ ਨਾਮ ਬਾਲੀਵੁੱਡ ਹਿੰਦੀ ਹਾਂਜੀ ਫਲੋਰੀ ਹੈ ਨਮਸਤੇ ਇੰਗਲੈਂਡ ਹੈ ਇੱਕ ਹੁਣੀ ਕੀਤੀ ਸੀਗੀ ਖਾਨਦਾਨੀ ਸ਼ਫਾ ਖਾਨਾ ਹੈ ਜੀ ਸਭ ਤੋਂ ਵੱਧ ਜ਼ਿੰਦਗੀ 'ਚ ਪਿਆਰ ਕਿਹਨੂੰ ਕੀਤਾ ਮਾਂ ਨੂੰ ਮਾਂ ਦਾ ਨਾਮ ਦਰਸ਼ਕਾਂ ਨੂੰ ਆਪਾਂ ਨੂੰ ਇੱਕ ਬਹੁਤ ਵੱਡੀ ਸ਼ਰਧਾ ਮੇਰੀ ਮਾਂ ਦਾ ਨਾਂ ਆ ਪੰਜਾਬੀ ਅੱਛਾ ਵੈਰੀ ਗੁੱਡ ਮਜ਼ਾ ਆ ਗਿਆ ਤੇ ਪੰਜਾਬੀ ਮਾਂ ਬੋਲੀ ਨੂੰ ਹੋਬੀ ਜੀ ਸਭ ਤੋਂ ਵੱਧ ਪਿਆਰ ਕਰਦੇ ਨੇ ਪੰਜਾਬੀ ਮਾਂ ਬੋਲੀ ਲਈ ਜੀ ਰਹੇ ਨੇ ਅੱਜ ਸਭ ਕੁਛ ਕਰ ਰਹੇ ਨੇ ਤੇ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਸਭ ਤੋਂ ਵੱਧ ਕਿਹਨੂੰ ਪਿਆਰ ਕਰਦੇ ਹੋ ਮਾਂ ਨੂੰ ਉਹ ਦੂਸਰੀ ਮਾਂ ਨੂੰ ਜਿਹੜੀ ਜਿਹਨੇ ਪੈਦਾ ਕੀਤਾ ਮੈਂ ਇੱਕ ਐਸਾ ਬਲੈਸਡ ਬੰਦਾ ਮੈਂ ਐਸੀ ਕਿਰਪਾ ਬਾਬੇ ਨਾਨਕ ਦੀ ਮੇਰੇ ਤੇ ਮੇਰੀਆਂ ਬਹੁਤ ਮਾਵਾਂ ਕੀ ਤੁਸੀਂ ਚਾਹੁੰਦੇ ਹੋ ਕਿ ਅਗਲੇ ਜਨਮ ਦੇ ਵਿੱਚ ਸੁਰਿੰਦਰ ਕੌਰ ਜਿਹੜੇ ਤੁਸੀਂ ਨਾਮ ਲੈਣਾ ਤੁਹਾਡੇ ਮਦਰ ਨੇ ਉਹਨਾਂ ਦੀ ਕੁੱਖ ਤੋਂ ਹੀ ਪੈਦਾ ਹੋ 2000% ਵੈਰੀ ਗੁੱਡ ਬਹੁਤ ਸੋਹਣੇ ਅੱਜ ਦਰਸ਼ਕਾਂ ਨੂੰ ਉਹ ਚੀਜ਼ਾਂ ਮਿਲ ਰਹੀਆਂ ਜੀ ਤੋਂ ਕੁਛ ਸਿੱਖਿਆ ਜਾਵੇ ਅਸੀਂ ਆਪਣੀਆਂ ਮਾਵਾਂ ਨੂੰ ਕਿਸ ਤਰ੍ਹਾਂ ਟ੍ਰੀਟ ਕਰਦੇ ਹਾਂ ਉਹ ਟ੍ਰੀਟਮੈਂਟ ਸ਼ਾਇਦ ਬਦਲ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਕਿ ਸਿੱਖ ਧਰਮ ਦਾ ਤੁਸੀਂ ਗੱਲ ਕੀਤੀ ਕਿ ਮੈਂ ਉਹ ਰੂਪ ਦੇ ਵਿੱਚ ਆ ਜਾ ਨਹੀਂ ਮੇਤੋਂ ਨਹੀਂ ਆ ਹੋਣਾ ਰੂਪ ਨਹੀਂ ਮੇਤੋਂ ਧਾਰ ਹੋਣਾ ਮੈਂ ਰੂਹਾਨੀ ਤੌਰ 'ਤੇ ਜੁੜਿਆ ਹੋਇਆ ਆਪਦੇ ਧਰਮ ਦੇ ਨਾਲ ਆਪਦੇ ਇਸ਼ਟ ਦੇ ਨਾਲ ਅਤੇ ਮੈਂ ਰੂਹਾਨੀ ਤੌਰ 'ਤੇ ਹੋਰ ਅਰਦਾਸ ਕਰਦਾ ਕਿ ਮੈਂ ਹੋਰ ਨੇੜਿਓਂ ਹੋਵਾਂ ਹੋਰ ਨੇੜਿਓਂ ਹੋਵਾਂ ਹੋਰ ਨੇੜਿਓਂ ਹੋਵਾਂ ਜਿਹੜੇ ਬਾਬੇ ਨਾਨਕ ਦੀ ਸਿਧਾਂਤ ਨੇ ਫਿਲੋਸਫੀ ਹੈ ਮੈਂ ਉਹਨੂੰ ਫੋਲੋ ਕਰਾਂ ਬੇਸ਼ੱਕ ਮੈਂ ਦੇਖੋ ਗੁੱਸਾ ਨਾ ਕਰਿਓ ਇੱਕ ਗੱਲ ਹੈ ਕਿ ਜਿਹੜਾ ਬਾਣਾ ਸੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਬਖਸ਼ਿਆ ਸਾਨੂੰ ਤੇ ਮੈਂ ਬਾਬੇ ਨਾਨਕ ਦਾ ਹੀ ਸੇਵਕ ਹਾਂ ਮੈਂ ਤਾਂ ਖੁਸ਼ ਹਾਂ ਪਰ ਜਿਹੜੇ ਉਹਨਾਂ ਦੀ ਹਾਂ ਜਿਹੜੀ ਉਹਨਾਂ ਦੀ ਅਸੂਲ ਨੇ ਫਿਲੋਸਫੀ ਹੈ ਉਹ ਮੈਂ ਫੋਲੋ ਕਰਦਾ ਮਾਂ ਬਾਪ ਨੂੰ ਪਿਆਰ ਦਿਓ ਇੱਜ਼ਤ ਦਿਓ ਖੁਸ਼ੀਆਂ ਵੰਡਦੇ ਰਹੋ ਯਾਰ ਬਸ ਖੁਸ਼ੀਆਂ ਵੰਡਦੇ ਰਹੋ ਕਿੱਡੀ ਗੱਲ ਹੈ ਕੁਛ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਿੰਦੀ ਫਿਲਮਾਂ ਪੰਜਾਬੀ ਫਿਲਮਾਂ ਜਿਹੜੇ ਤੁਹਾਡੇ ਆਲਰੇਡੀ ਫਿਕਸਡ ਹੋਣ ਬਾਈ ਜੀ ਗੱਲ ਇਹ ਹੈ ਮੈਂ ਖਾਣਾ ਰੋਟੀ ਤੇ ਸੌਂ ਜਾਂਦਾ ਜੀ ਇਹ ਕਹਿ ਕੇ ਵੀ ਸ਼ੁਕਰ ਅਦਾ ਦਿਆ ਦਿਹਾੜੀ ਚੰਗੀ ਲੱਗੀ
ਤੇ ਸਵੇਰੇ ਉੱਠ ਕੇ ਕਹਿੰਦਾ ਨਾ ਚੰਗਾ ਸ਼ੁਕਰਾ ਦਾਦਿਆ ਤੂੰ ਰਾਤ ਵਧੀਆ ਕਟਾਤੀ। ਪਲੈਨਿੰਗ ਉਹਦੀ ਆ, ਉਹਦਾ ਬੜਾ ਵੱਡਾ ਉਹ ਕੰਪਿਊਟਰ ਤਾਂ ਬਣਿਆ ਜੇ ਉਹਨੇ ਬਖਸ਼ਿਆ ਕੰਪਿਊਟਰ ਤੁਹਾਨੂੰ। ਤੁਹਾਨੂੰ ਪਤਾ ਨਾ ਆਪਾਂ 1% ਦਿਮਾਗ ਯੂਜ ਕਰਦੇ 1,00,000 ਗੁਣਾ ਤੋਂ, ਇਹ ਸਭ 1% ਦੇ ਵਿੱਚ ਹੀ ਕੁਛ ਹੋ ਰਿਹਾ ਤਾਂ ਜਦੋਂ ਰੱਬ ਨੇ ਬਾਹਲਾ ਯੂਜ਼ ਕਰਾਇਆ ਤਾਂ ਪਤਾ ਨਹੀਂ ਕੀ ਕੁਛ ਹੋ ਜਾਣਾ। ਬਾਬਾ ਨਾਨਕ ਕਿਰਪਾ ਹੀ ਰੱਖੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਕਲਚਰ ਹੈ ਇਹਨੂੰ ਪ੍ਰਮੋਟ ਕਰਨ ਲਈ ਇੱਕ ਲਾਸਟ ਮੈਸੇਜ ਜਿਹੜਾ ਸਾਡੇ ਦਰਸ਼ਕਾਂ ਨੂੰ ਵੀ ਕਿਵੇਂ ਪ੍ਰਮੋਟ ਕੀਤਾ ਜਾਵੇ। ਆਪਦੇ ਜੋਗੇ ਹੋ ਜਾਓ, ਆਪਦੇ ਜੋਗੇ ਸੀ, ਅਸੀਂ ਆਪਦੇ ਜੋਗੇ ਤੋਂ ਹਟ ਗਏ। ਜੋਗਾ ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਅਮੈਰੀਕਾ 'ਚ ਨਾ ਜਾਓ, ਕੈਨੇਡਾ 'ਚ ਨਾ ਜਾਓ, ਅਮੈਰੀਕਾ ਇੰਗਲੈਂਡ ਨਾ ਜਾਓ, ਜਾਓ ਦੁਨੀਆ ਤੁਹਾਡੇ ਵਾਸਤੇ ਖੁੱਲੀ ਹੈ, ਜਾਓ ਤੁਹਾਨੂੰ ਦਾਤੇ ਨੇ ਬਖਸ਼ਿਆ ਜਾਓ, ਪਰ ਆਪਦੇ ਜੋਗਾ ਕਰਦੇ ਰਹੋ। ਜਿਹੜੇ ਪੰਜਾਬ 'ਚੋਂ ਆਪਦੇ ਜੋਗਾ ਦੁੱਧ ਦਹੀਂ ਮੱਖਣ, ਆਪਦੇ ਜੋਗੀ ਸਿਹਤ ਨੂੰ ਕਸਰਤ, ਆਪਦੇ ਜੋਗੀ ਸਰੋਂ। ਇੱਕ ਕਿਸਾਨ ਦਾ ਬੇਟਾ ਹੋ ਕੇ ਪੰਜਾਬ ਦੇ ਵਿੱਚ ਸਿਰਫ ਔਰ ਸਿਰਫ ਤੁਹਾਨੂੰ ਲੂਣ ਦੀ ਥੈਲੀ ਮੁੱਲ ਲੈਣ ਦੀ ਲੋੜ ਹੈ, ਬਾਕੀ ਸਾਰਾ ਕੁਛ ਤੁਹਾਡੇ ਅੰਦਰ ਪਿਆ, ਉਹ ਆਪਦੇ ਜੋਗਾ ਕਰਨ ਲੱਗ ਜਾਓ। ਮਿੱਟੀ ਦੇ ਭਾਂਡੇ, ਬਹੁਤ ਤੁਹਾਡਾ ਨੌਲੇਜ ਆ ਫੇਸਬੁੱਕ ਤੇ, ਕੁਦਰਤ ਦੇ ਨੇੜੇ ਹੋ ਜਾਓ, ਮਿੱਟੀ ਦੇ ਭਾਂਡਿਆਂ 'ਚ ਖਾਣਾ ਪਕਾਓ, ਘਰੇ ਖਾਓ, ਘਰੇ ਪਕਾਓ, ਘਰੇ ਦਿਲੋ ਸਿਹਤਯਾਬ ਰਹੋ। ਇਹ ਕੈਂਸਰਾਂ ਫੈਂਸਰਾਂ ਕੋਰੋਨਾ ਵਾਇਰਸ ਵੂਰਸ ਕੱਖ ਨਹੀਂ ਹੈ, ਤੁਹਾਡੇ ਅੰਦਰ ਹੀ ਬਿਮਾਰੀਆਂ ਨੇ, ਤੁਹਾਡੇ ਅੰਦਰ ਹੀ ਇਲਾਜ ਨੇ, ਤੁਹਾਡੇ ਨੇੜੇ ਤੇੜੀ। ਉਹ ਇੱਕ ਕਹਿੰਦੇ ਹੁੰਦੇ ਨੇ ਕੋ ਲੜ ਜੇ ਨਾ ਜਿਹੜੀ ਨਹੀਂ ਇੱਕ ਪੱਤਿਆਂ ਜਿਹਾ ਵਾਲੀ ਵੇਲ ਪਹਾੜਾਂ 'ਚ ਲੜ ਜਾਂਦੀ, ਉਹ ਤੱਫੜ ਹੋ ਜਾਂਦੇ ਨੇ, ਤੇ ਉਹ ਕਹਿੰਦੇ ਨੇ ਉਹਦੇ ਹੇਠ ਹੀ ਪਾਲਕ ਜੀ ਹੁੰਦੀ, ਉਹੀ ਜਿੱਥੇ ਕੈਂਸਰ ਹੈ ਉੱਥੇ ਹੀ ਉਹਦਾ ਇਲਾਜ ਹੈ। ਦਾਦੇ ਨੇ ਦਿੱਤਾ ਹੋਇਆ, ਸਿਰਫ ਲੋੜ ਹੈ ਸਾਨੂੰ, ਅਸੀਂ ਆ 3 ਇੰਚ ਸ਼ਾਇਦ ਆਪਦਾ ਖਾਲੀ ਰੱਖਿਆ ਹੋਇਆ, ਅਸੀਂ ਵਰਤਣਾ ਨਹੀਂ ਚਾਹੁੰਦੇ, ਵਰਤ ਲਿਆ ਕਰੋ, ਕੁਛ ਨਹੀਂ। ਬਸ ਬਾਬੇ ਨਾਨਕ ਦੀ ਫਿਲਾਸਫੀ ਨੂੰ, ਸੱਚ ਬੋਲੋ, ਸਿਹਤਯਾਬ ਰਹੋ, ਆਨੰਦ ਲਓ ਜ਼ਿੰਦਗੀ ਦਾ, ਜ਼ਿੰਦਗੀ ਖੂਬਸੂਰਤ ਹੈ, ਔਰ ਤੁਸੀਂ ਭਾਗਾਂ ਵਾਲੇ ਹੋ ਜਿਹੜੇ ਪੰਜਾਬ 'ਚ ਪੈਦਾ ਹੋਏ ਹੋ। ਬਸ ਬਹੁਤ ਸੋਹਣੀਆਂ ਗੱਲਾਂ, ਕੁਦਰਤ ਨੇ ਸਾਨੂੰ ਇੰਨਾ ਕੁਛ ਬਖਸ਼ਿਆ, ਜੇ ਅਸੀਂ ਕੁਦਰਤ ਦੇ ਕੋਲੇ ਰਵਾਂਗੇ ਤਾਂ ਸਾਨੂੰ ਨਾ ਬਿਮਾਰੀਆਂ ਲੱਗਣਗੀਆਂ ਅਤੇ ਸਾਡਾ ਕਲਚਰ ਵੀ ਆਪਣੇ ਆਪ ਹੀ ਪ੍ਰਮੋਟ ਹੋ ਜੂਗਾ, ਕਲਯੁੱਗ ਦੇ ਵਿੱਚ ਵੀ ਬਹਾਰਾਂ ਆ ਜਾਣਗੀਆਂ ਜੇ ਅਸੀਂ ਚੰਗੇ ਬਣਾਂਗੇ। ਹੋਬੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਿਲ ਦੀਆਂ ਗੱਲਾਂ ਕੀਤੀਆਂ, ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਜਿਉਂਦੇ ਰਹੋ।